ਸਤਿ ਸ਼੍ਰੀ ਅਕਾਲ ਜੀ। ਜਦੋਂ ਕਿਸੇ ਦਾ ਵੀਜ਼ਾ ਰਿਫਿਊਜ਼ ਹੋ ਜਾਂਦਾ ਨਾ, ਉਦੋਂ ਉਹ ਬੰਦਾ ਆ ਕੇ ਕਦੀ ਵੀ ਇਹ ਨਹੀਂ ਕਹਿੰਦਾ ਮੇਰਾ ਵੀਜ਼ਾ ਆਸਟ੍ਰੇਲੀਅਨ ਹਾਈ ਕਮਿਸ਼ਨ ਨੇ ਰਿਫਿਊਜ਼ ਕਰਤਾ ਜਾਂ ਮੇਰਾ ਵੀਜ਼ਾ ਕੈਨੇਡਾ ਅੰਬੈਸੀ ਨੇ ਰਿਫਿਊਜ਼ ਕਰਤਾ। ਉਹ ਬੰਦਾ ਆਉਂਦਾ, ਬੰਦਾ ਆ ਕੇ ਕਹਿੰਦਾ ਮੇਰਾ ਵੀਜ਼ਾ ਫਲਾਨੇ ਏਜੰਟ ਨੇ ਰਿਫਿਊਜ਼ ਕਰਾ ਦਿੱਤਾ। ਸੋ ਅਲਟੀਮੇਟਲੀ ਕੰਸਲਟੈਂਟ ਦਾ ਹੀ ਕਸੂਰ ਨਿਕਲਦਾ, ਵੀਜ਼ਾ ਅੰਬੈਸੀ ਨੇ ਦੇਣਾ, ਲੱਗਣਾ ਡਾਕੂਮੈਂਟ ਤੁਹਾਡੇ 'ਤੇ ਨੇ, ਬਟ ਕਿਹਾ ਕੀ ਜਾਂਦਾ ਮੇਰਾ ਵੀਜ਼ਾ ਫਲਾਣੇ ਨੇ ਰਿਫਿਊਜ਼ ਕਰਾ ਦਿੱਤਾ। ਸੋ ਇੱਦਾਂ ਦਾ ਇੱਕ ਸਟੂਡੈਂਟ ਜਿਹਦਾ ਵੀਜ਼ਾ ਸ਼ਾਇਦ ਅਸੀਂ ਰਿਫਿਊਜ਼ ਕਰਾ ਦਿੱਤਾ, ਇੱਕ ਵਾਰੀ ਧਰਮਿੰਦਰ ਨਾਮ ਸਟੂਡੈਂਟ ਹੈ, ਸਟੂਡੈਂਟ ਨੇ ਪੀ ਟੀ ਕੀਤੀ ਹੋਈ ਹੈ, ਪੀ ਟੀ ਦਾ ਸਕੋਰ ਤੁਹਾਡੇ ਸਾਹਮਣੇ ਹੈ, ਇੱਕ ਮੋਡਿਊਲ 'ਚ 50, ਅਦਰਵਾਈਜ਼ 56, 57 ਅਤੇ 60 ਸਕੋਰ ਹੈ। ਪਲੱਸ ਟੂ 2018 'ਚ, ਪਲੱਸ ਟੂ ਦੇ ਵਿੱਚ ਜੇ ਸਰਟੀਫਿਕੇਟ ਤੁਸੀਂ ਦੇਖੋ ਅਕਾਊਂਟਿੰਗ ਦੇ ਵਿੱਚ 27 ਮਾਰਕਸ ਨੇ, ਸੋ ਅਕਾਊਂਟਿੰਗ 'ਚ ਫੇਲ ਹੈ ਸਟੂਡੈਂਟ। ਵੀਜ਼ਾ ਅਪਲਾਈ ਕੀਤਾ ਸਾਡੇ ਕੋਲ, ਆਇਆ ਵੀਜ਼ਾ ਅਪਲਾਈ ਕੀਤਾ, ਵੀਜ਼ਾ ਰਿਫਿਊਜ਼ ਹੋ ਗਿਆ। ਸੋ ਜਦੋਂ ਵੀਜ਼ਾ ਰਿਫਿਊਜ਼ ਹੋ ਗਿਆ, ਸ਼ਾਇਦ ਕੋਈ ਹੋਰ ਕੰਸਲਟੈਂਟ ਇਹਦਾ ਇੱਕ ਪੇਪਰ ਇਹਨੂੰ ਡਾਕੂਮੈਂਟ ਵਾਪਸ ਦੇ ਦਿੰਦਾ ਕਿ ਤੇਰੇ ਅਕਾਊਂਟਿੰਗ 'ਚ ਤੂੰ ਫੇਲ ਹੈਗਾ ਤਾਂ ਕਰਕੇ ਤੂੰ ਤੇਰਾ ਵੀਜ਼ਾ ਰਿਫਿਊਜ਼ ਹੋ ਗਿਆ। ਅਕਾਊਂਟਿੰਗ 'ਚ ਉਹਦੇ ਨੰਬਰ ਕਿੰਨੇ ਹੈਗੇ ਉਹ ਤਾਂ ਪਹਿਲੇ ਦਿਨ ਹੀ ਦਿਸਦੇ ਆ ਜਿਸ ਦਿਨ ਉਹ ਸਟੂਡੈਂਟ ਆਪਣੇ ਡਾਕੂਮੈਂਟ ਲੈ ਕੇ ਆਇਆ ਸੀ। ਸੋ ਰਿਫਿਊਜ਼ਲ ਤੋਂ ਬਾਅਦ ਉਹਨੂੰ ਇਹ ਕਹਿਣਾ ਕਿ ਤੇਰੇ ਅਕਾਊਂਟਿੰਗ ਦੇ ਨੰਬਰਾਂ ਕਰਕੇ ਤੇਰਾ ਵੀਜ਼ਾ ਰਿਫਿਊਜ਼ ਹੋ ਗਿਆ, ਉਹਦਾ ਮਤਲਬ ਇਹ ਹੈ ਕਿ ਕੀ ਤੁਹਾਨੂੰ ਪਹਿਲਾਂ ਨਹੀਂ ਦਿਸਦਾ। ਸੋ ਇਹ ਸਾਨੂੰ ਵੀ ਪਹਿਲੇ ਦਿਨ ਦੱਸਦਾ ਸੀ ਕਿ ਅਕਾਊਂਟਿੰਗ 'ਚ ਨੰਬਰ ਘੱਟ ਨੇ, ਬਟ ਇੱਕ ਕੌਨਫੀਡੈਂਸ ਸੀਗਾ ਕਿ ਵੀਜ਼ਾ ਲੈ ਸਕਦੇ ਹਾਂ। ਔਰ ਜਿਸ ਦਿਨ 4 ਸਪਤੰਬਰ ਨੂੰ ਅੰਬੈਸੀ ਨੇ ਰਿਫਿਊਜ਼ਲ ਦੇ ਦਿੱਤੀ ਤਾਂ ਸਾਰਾ ਕੌਨਫੀਡੈਂਸ ਕੌਨਫੀਡੈਂਸ 'ਚ ਹੀ ਰਹਿ ਗਿਆ ਜੀ। ਬਟ ਦੁਬਾਰਾ ਸਟੂਡੈਂਟ ਨੂੰ ਯਕੀਨ ਸੀ, ਸਟੂਡੈਂਟ ਨੂੰ ਦੱਸ ਕੇ ਵੀਜ਼ਾ ਰੀਅਪਲਾਈ ਕੀਤਾ, ਰੀਅਪਲਾਈ ਦੇ ਵਿੱਚ ਵੀਜ਼ਾ ਗ੍ਰਾਂਟ ਲਿੱਤੀ, ਵੀਜ਼ਾ ਤੁਹਾਡੇ ਸਾਹਮਣੇ ਆ। ਸੋ ਕੁਛ ਚੀਜ਼ਾਂ ਇਹਦੇ 'ਚ ਸਿੱਖਣ ਨੂੰ ਮਿਲਦੀਆਂ। ਇੱਕ, ਵੀਜ਼ਾ ਰਿਫਿਊਜ਼ ਹੋਇਆ ਜੇ ਤੁਹਾਨੂੰ ਲੱਗਦਾ ਉਹਦਾ ਰੀਜ਼ਨ ਪਤਾ, ਨਹੀਂ ਪਤਾ ਇੱਕ ਚੰਗੇ ਐਕਸਪਰਟ ਨੂੰ, ਕੰਸਲਟੈਂਟ ਨੂੰ ਮਿਲ ਲਓ, ਉਹਨੂੰ ਕੋਈ ਇਹਦਾ ਰੀਜ਼ਨ ਦੇਖ, ਇਹਦਾ ਰੀਜ਼ਨ ਦੱਸ ਕੀ ਇਹਨੂੰ ਦੂਰ ਕਰ ਸਕਦੇ ਹਾਂ। ਹਰ ਚੀਜ਼ ਦਾ ਇਲਾਜ ਹੈਗਾ, ਹਰ ਰਿਫਿਊਜ਼ਲ ਦਾ ਵੀ ਇਲਾਜ ਹੈਗਾ, ਬਿਸ਼ਰਤੇ ਤੁਹਾਡੇ ਦੇ ਉੱਤੇ ਕੋਈ ਬੈਨ ਨਾ ਲੱਗਾ ਹੋਏ। ਸੋ ਜਦੋਂ ਦੁਬਾਰਾ ਵੀਜ਼ਾ ਅਪਲਾਈ ਕੀਤਾ, ਦੁਬਾਰਾ ਵੀਜ਼ਾ ਰੀਅਪਲਾਈ ਕੀਤਾ, ਉਹਦੇ ਵਿੱਚ ਬਹੁਤ ਸਾਰੇ ਸਟੂਡੈਂਟਸ, ਬਹੁਤ ਸਾਰੇ ਕੇਸਿਸ ਦੇ ਵਿੱਚ ਰਿਜ਼ਲਟਸ ਪੋਜ਼ਿਟਿਵ ਮਿਲਦੇ ਆ ਜਦੋਂ ਤੁਸੀਂ ਉਹ ਨਬਜ਼ ਫੜ ਲੈਂਦੇ ਹੋ ਕਿ ਇਹਦੇ ਰਿਫਿਊਜ਼ਲ ਦੇ ਪਿੱਛੇ ਰੀਜ਼ਨ ਕੀ ਹੈ। ਸੋ ਪੀ ਟੀ ਕੀਤੀ ਹੈ, ਵੀਜ਼ਾ ਰਿਫਿਊਜ਼ ਹੋਇਆ, ਆਇਲਸ ਕੀਤੀ ਹੈ, ਇੱਕ ਮੋਡਿਊਲ 'ਚ 5 ਬੈਂਡ ਨੇ, 5.5 ਬੈਂਡ ਨੇ, ਵਟ ਐਵਰ ਇਟ ਇਜ਼, ਘਰ ਬਹਿ ਕੇ ਫੇਸਬੁੱਕ ਦੇ ਉੱਤੇ ਜਾਂ ਫੋਨ ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਸਾਰੀ ਇਨਫੋਰਮੇਸ਼ਨ ਲੈ ਕੇ ਵੀਜ਼ੇ ਨਹੀਂ ਜੇ ਲੱਗਦੇ, ਡਾਕੂਮੈਂਟ ਚੁੱਕ ਕੇ ਵਿਜ਼ਿਟ ਕਰੋ, ਡਾਕੂਮੈਂਟ ਲੈ ਕੇ ਆਓ, ਫਿਰ ਡਿਸਾਈਡ ਹੋਊਗਾ ਕਿ ਕਿੱਥੇ ਗਲਤੀ ਹੋਈ ਹੈ ਔਰ ਕਿੱਦਾਂ ਉਹ ਗਲਤੀ ਤੁਹਾਡੀ ਸੁਧਾਰੀ ਜਾ ਸਕਦੀ ਹੈ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ।